ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪੇਂਡੂ ਕਨੇਡੀਅਨ ਚੈਨਲ ਦੇਖਣ ਵਾਲੇ ਸਾਰੇ ਸੱਜਣ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪ ਬਾਈ ਨਾਲ ਫਿਰ ਪਹੁੰਚੇ ਹਾਂ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਪਿਛਲੀ ਇਹ ਵੀਡੀਓ ਦੀ ਵੇਟ ਵੈਸੇ ਬਹੁਤ ਆਉਣਾ, ਸਾਰਿਆਂ ਨੂੰ ਹੁੰਦਾ ਬਾਈ ਜਦ ਕੋਈ ਇੱਦਾਂ ਦਾ ਕੰਮ ਦੱਸੋ ਹੋਣਾ, ਅਸੀਂ ਟਰੱਕ ਚਲਾਉਣਾ ਇੱਥੇ ਜਾ ਕੇ, ਵੀ ਟਰੱਕ ਹਰੇਕ ਨਹੀਂ ਚਲਾਉਣਾ ਚਾਹੁੰਦਾ ਹੁੰਦਾ, ਕੋਈ ਹੁੰਦਾ ਵੀ ਸਾਡਾ ਜਿਹੜਾ ਅਸੀਂ ਬਿਜ਼ਨਸ ਕਰਨਾ ਚਾਹੁੰਦੇ ਹਾਂ, ਕੋਈ ਇੱਦਾਂ ਦਾ ਬਿਜ਼ਨਸ ਹੋਵੇ ਜਿਹੜਾ ਕਿ 1000-2000 ਤੋਂ ਸ਼ੁਰੂ ਹੁੰਦਾ ਹੋਵੇ। ਬਿਜ਼ਨਸ ਤਾਂ ਕੈਨੇਡਾ 'ਚ ਬਹੁਤ ਜ਼ਿਆਦਾ ਨੇ, ਪਰ ਉਹਨਾਂ ਦੀ ਜਿਹੜੀ ਮਤਲਬ ਕਿ ਜੇ ਆਪਾਂ ਇਨਵੈਸਟ ਕਰਾਂਗੇ ਮਿਲੀਅਨ ਜਾਂ 50,000 ਤੋਂ ਉੱਤੇ ਆ। ਪਰ ਜਿਹੜਾ ਆਪਾਂ ਅੱਜ ਗੱਲਬਾਤ ਕਰਾਂਗੇ, ਦੋ ਪੜਾਅ ਨੇ ਵੀਡੀਓ ਦੇ। ਇੱਕ ਤਾਂ ਕਰਾਂਗੇ ਵੀ ਇੰਡੀਆ 'ਚੋਂ ਕਿਹੜਾ ਕੰਮ ਸਿੱਖ ਕੇ ਆਈਏ ਅਤੇ ਜਿਹੜਾ ਇੱਥੇ ਆ ਕੇ ਬੈਨੀਫਿਟ ਹੋ ਜਾਣਾ ਕੁੜੀਆਂ ਵਾਸਤੇ ਅਤੇ ਮੁੰਡਿਆਂ ਵਾਸਤੇ, ਅਤੇ ਦੂਜੀ ਗੱਲ ਹੈਗੀ ਜਿਹੜੀ ਇੱਥੇ ਆ ਕੇ ਵੀ ਆਪਾਂ ਕਿਹੜਾ ਬਿਜ਼ਨਸ ਸਟਾਰਟ ਕਰ ਸਕਦਾ 1500-1000 'ਚ ਜਾਂ ਊਂ ਸਿੱਖ ਕੇ ਕੰਮ ਸਟਾਰਟ ਕਰ ਸਕਦੇ ਹਾਂ। ਸਟੂਡੈਂਟ ਬੰਦਾ ਜਿਹੜਾ, ਉੱਦਾਂ ਦਾ ਬਿਜ਼ਨਸ ਬਹੁਤ ਨੇ, ਪਰ ਆਪਾਂ ਉਹ ਗੱਲਾਂ ਚਰਚਾ ਕਰਾਂਗੇ। ਬਾਈ ਨੂੰ ਪੁੱਛਾਂਗੇ ਅਤੇ ਬਾਈ ਨੇ ਜਦੋਂ ਗ੍ਰੈਵਲ ਦਾ ਕੰਮ ਛੱਡਿਆ ਸੀ ਨਾ, ਕਿਹੜਾ ਬਿਜ਼ਨਸ ਸਟਾਰਟ ਕੀਤਾ ਸੀ ਅਤੇ ਕਿਉਂ ਦਿਮਾਗ 'ਚ ਆਇਆ ਵੀ ਬਿਜ਼ਨਸ ਹੀ ਕਰਾਂ ਮੈਂ, ਉਹ ਗੱਲਾਂ ਬਾਤਾਂ ਕਰਾਂਗੇ। ਸੋ ਬਾਈ ਜੀ, ਤੁਸੀਂ ਉੱਥੇ ਸੀਗੇ ਨਾ ਪਿਛਲੀ ਵੀਡੀਓ ਤੱਕ, ਆਪਾਂ ਇੱਦਾਂ ਕਰੀਏ ਵੀ ਆਪਾਂ ਗ੍ਰੈਵਲ ਦਾ ਕੰਮ ਕੀਤਾ। ਹਾਂਜੀ ਹਾਂਜੀ। ਗ੍ਰੈਵਲ ਦਾ ਕੰਮ ਛੱਡਤਾ? ਹਾਂਜੀ। ਕੀ ਗੱਲ, ਪੈਸੇ ਵਧੀਆ ਬਣਦੇ ਸੀ ਨਾ? ਕੀ ਚੱਕਰ ਪੈ ਗਿਆ ਫਿਰ? ਪੈਸੇ ਤਾਂ ਹੈਗਾ ਵੀਰੇ, ਗ੍ਰੈਵਲ ਦੇ ਵਿੱਚ ਨਾ ਬੇਸਿਕਲੀ ਐਂ ਹੁੰਦਾ ਵੀ ਥੋੜ੍ਹੇ ਜਿਹੇ ਪੈਸੇ ਬਹੁਤ ਮਰਦੇ ਨੇ ਹਨਾ। ਉਹਦਾ ਰੀਜ਼ਨ ਇਹ ਆ ਵੀ ਕਿਉਂਕਿ 3 ਮਹੀਨੇ ਦਾ ਗੈਪ ਹੁੰਦਾ ਪੈਸਿਆਂ 'ਚ, ਹੈ ਨਾ। ਉਹ 3 ਮਹੀਨੇ ਪਹਿਲਾਂ ਪੈਸੇ ਰਿਲੀਜ਼ ਹੁੰਦੇ ਆ, ਫਿਰ ਮਿਡਲ ਮੈਨ ਜਿਹੜਾ ਤੁਹਾਡਾ ਡਿਸਪੈਚਰ ਹੁੰਦਾ ਉਹਦੇ ਕੋਲ ਪੈਸੇ ਆਉਂਦੇ ਆ, ਹੈ ਨਾ। ਹਾਂਜੀ ਹਾਂਜੀ। ਡਿਸਪੈਚਰ ਕੋਲ ਫਰਜ਼ ਕਰੋ ਜੇ 20 ਜੋਬਾਂ ਚੱਲਦੀਆਂ ਅੱਡ ਅੱਡ ਜਿੱਥੇ ਉਹ ਕੰਮ 'ਤੇ ਭੇਜਦਾ ਆਪਣੇ ਟਰੱਕਰਸ ਨੂੰ, ਉਹਦੇ 'ਚੋਂ ਮੰਨ ਕੇ ਚੱਲੋ ਇੱਕ ਅੱਧੀ ਕੰਪਨੀ ਕੋਈ ਨਾ ਕੋਈ ਬੈਂਕਰਪਟ ਹੋ ਗਈ ਜਾਂ ਕੋਈ ਕੰਪਨੀ ਭੱਜ ਗਈ, ਹੈ ਨਾ। ਉਹਦੇ ਫਿਰ ਜਦੋਂ ਫਰਜ਼ ਕਰੋ ਪੈਸੇ ਮਰ ਗਏ, ਫਿਰ ਉਹ ਕੀ ਕਰਦਾ, ਉਹੀ ਪੈਸੇ ਫਿਰ ਉਹਨੇ ਜਿਹੜੇ ਅੱਗੇ ਲੋਕਾਂ ਨੂੰ ਨਹੀਂ ਦਿੰਦਾ ਉਹ। ਬਿਲਕੁਲ। ਤੇ ਉੱਥੇ ਉਹ ਮਤਲਬ ਵੀ ਕਹਿਣ ਦਾ ਮਤਲਬ ਇਹਦੇ ਵਿੱਚ ਇੱਕ ਗੈਪ ਪੈਦਾ ਹੋ ਜਾਂਦਾ ਵੀ ਜਿੱਥੇ ਤੁਸੀਂ ਪੈਸੇ ਖਾ ਸਕਦੇ ਹੋ ਜੇ ਆਪਾਂ ਸਿੱਧੀ ਲੈਂਗੁਏਜ 'ਚ ਕਹੀਏ। ਤੇ ਉਹ ਤੋਂ ਬਾਅਦ ਚਲੋ ਇਹ ਤਾਂ ਚਲੋ ਹੋ ਗਿਆ ਪਤਾ ਵੀ ਪੈਸੇ ਮਾਰਨ ਦਾ ਡਰ ਹੁੰਦਾ ਵੀ, ਉਹ ਤੋਂ ਬਾਅਦ ਤੁਸੀਂ ਬਿਜ਼ਨਸ 'ਚ ਆ ਗਏ ਨਾ। ਹਾਂਜੀ ਹਾਂਜੀ। ਬਿਜ਼ਨਸ ਤੁਸੀਂ ਆਪਦਾ ਮੈਟ ਵਾਲਾ ਸਿਸਟਮ ਤਿਆਰ ਕੀਤਾ, ਮੈਟਾਂ ਵਾਲੇ ਕੰਮ 'ਚ ਆਏ ਤੁਸੀਂ। ਹਾਂਜੀ। ਤੁਹਾਨੂੰ ਕਿਵੇਂ ਜੇ ਸਟਾਰਟ ਕੀਤਾ ਸੀ ਬਿਜ਼ਨਸ, ਕਿੰਨਾ ਕੁ ਔਖਾ ਹੁੰਦਾ, ਕੀ ਡਰ ਲੱਗਦਾ ਬੰਦੇ ਨੂੰ ਨਾ ਸਟਾਰਟ ਕਰਦੇ ਨੂੰ? ਡਰ ਵੀਰੇ ਐਂ ਹੁੰਦਾ, ਸਭ ਤੋਂ ਮੇਨ ਗੱਲ ਜਿਵੇਂ ਹੁਣ ਫਰਜ਼ ਕਰੋ ਆਪਾਂ ਘਰੇ ਬੈਠੇ ਹਾਂ, ਹੈ ਨਾ। ਹਾਂਜੀ ਹਾਂਜੀ। ਇੱਕ ਤੁਹਾਡਾ ਏਮ ਹੁੰਦਾ ਵੀ ਮੈਂ ਜ਼ਿੰਦਗੀ 'ਚ ਕਰਨਾ ਕੀ ਹੈ। ਬਿਲਕੁਲ। ਉਰੇ ਦੋ ਤਰ੍ਹਾਂ ਦੇ ਲੋਕ ਨੇ, ਹੈ ਨਾ। ਕੁਛ ਤਾਂ ਲੋਕ ਨੇ ਜਿਨ੍ਹਾਂ ਦਾ ਕੋਈ ਏਮ ਨਹੀਂ ਹੁੰਦਾ, ਕੈਨੇਡਾ ਵੀ ਆ ਗਿਆ, ਆਪਾਂ ਸਾਰਾ ਕੁਛ ਇੱਕ ਦੂਜੇ ਨੂੰ ਦੇਖ ਕੇ ਕਰਦੇ ਹਾਂ। ਆਪਾਂ ਇੱਥੇ ਆ ਕੇ ਦੇਖਿਆ ਵੀ ਸਾਰੇ ਲੋਕ ਹੁਣ ਮੰਨ ਲਓ ਐਮਾਜ਼ੋਨ ਦਾ ਵਧੀਆ ਕੰਮ ਹੈ। ਬਿਲਕੁਲ। ਡਿਲੀਵਰੀਆਂ ਦਾ, ਹੈ ਨਾ, ਆਪਣੇ ਸਾਰੇ ਐਮਾਜ਼ੋਨ ਦਾ ਕੰਮ ਕਰਨ ਲੱਗ ਜਾਣਗੇ ਜਾਂ ਕਿਤੇ ਕੋਈ ਜੋਬ ਮਿਲ ਗਈ ਜਾਂ, ਹੈ ਨਾ। ਠੀਕ ਆ ਨਾ। ਇੱਕ ਤਾਂ ਉਹ ਤਰ੍ਹਾਂ ਦੇ ਲੋਕ ਹੁੰਦੇ ਆ, ਉਹ ਸਾਰੀ ਉਮਰ ਜੋਬ ਕਰਦੇ ਨੇ, ਆਪਾਂ ਇਹ ਨਹੀਂ ਕਹਿੰਦੇ ਜੋਬ ਮਾੜੀ ਆ। ਵੀ ਕੁਛ ਲੋਕ ਇੱਦਾਂ ਦੇ ਹੁੰਦੇ ਨੇ, ਉਹਨਾਂ ਨੂੰ ਐਂ ਹੁੰਦਾ ਵੀ ਯਾਰ ਮੈਂ ਕੁਛ ਆਪਦਾ ਕੰਮ ਕਰਾਂ ਮੈਂ, ਅਤੇ ਕੰਮ ਜਿਹੜਾ ਬਿਜ਼ਨਸ ਹੁੰਦਾ, ਬਿਜ਼ਨਸ ਇਹ $10 ਤੋਂ ਲੈ ਕੇ 10 ਲੱਖ ਤੱਕ ਹੁੰਦੇ ਆ, ਹੈ ਨਾ। ਜਿੰਨਾ ਕੁ ਤੁਹਾਡੀ ਕਹਿੰਦੇ ਹੁੰਦੇ ਸ਼ਰਧਾ ਹੈਗੀ, ਉਨੇ ਕੁ ਪੈਸੇ ਪਾ ਕੇ ਤੁਸੀਂ ਆਪਦਾ ਕੰਮ ਸਟਾਰਟ ਕਰ ਸਕਦੇ ਹੋ। ਓਕੇ। ਕਿਉਂਕਿ ਬਿਜ਼ਨਸ ਜਿੰਨੇ ਵੀ ਆ ਇਹ 0 ਤੋਂ ਸਟਾਰਟ ਹੁੰਦੇ ਨੇ, ਹੌਲੀ ਹੌਲੀ ਗਰੋ ਕਰਨੇ ਪੈਂਦੇ ਆ ਤੁਹਾਨੂੰ। 11 ਤਾਂ ਰਿਸਕ ਹੁੰਦਾ। ਹਾਂ, ਇਹ ਕਹਿਣ ਦਾ ਮਤਲਬ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਮੇਰੀ ਲਾਈਫ ਵਧੀਆ ਹੋਵੇ, ਮੈਨੂੰ ਕੋਈ ਟੈਨਸ਼ਨ ਨਾ ਹੋਵੇ, ਜਿੱਦਣ ਮੈਨੂੰ ਛੁੱਟੀ ਹੈ ਅਤੇ ਮੈਂ ਆਪਦਾ ਘਰ ਆਪਦਾ ਇੰਜੋਏ ਕਰਾਂ, ਫਿਰ ਤੁਸੀਂ ਕੋਈ ਵਧੀਆ ਜੋਬ ਕਰੋ। ਪਰ ਜੋਬ ਤੁਹਾਡੀ ਪ੍ਰੋਫੈਸ਼ਨਲ ਹੋਣੀ ਚਾਹੀਦੀ ਹੈ, ਅਦਰਵਾਈਜ਼ ਜਿਹੜੀਆਂ ਨੋਰਮਲ ਆਪਾਂ ਜੋਬਸ ਕਰਦੇ ਹਾਂ ਵੀ ਜਦੋਂ ਆਪਾਂ ਸਟੂਡੈਂਟ ਹੁੰਦੇ ਹਾਂ ਜਾਂ ਉਸ ਤੋਂ ਬਾਅਦ 15-20 ਡਾਲਰ ਵਾਲੀਆਂ, ਇਹਨਾਂ ਨਾਲ ਅੱਜ ਦੀ ਰੇਟ 'ਚ ਤਾਂ ਕੈਨੇਡਾ ਦਾ ਆਪਣਾ ਖਰਚਾ ਵੀ ਨਹੀਂ ਕੱਢ ਸਕਦਾ। ਬਿਲਕੁਲ ਬਾਈ ਜੀ, ਬਿਲਕੁਲ। ਫਿਰ ਬੰਦਾ ਸੋਚਦਾ ਵੀ ਹੁਣ ਆਪਾਂ ਟਰੱਕ 'ਤੇ ਚੜ੍ਹੀਏ, ਹੈ ਨਾ, ਕਿਉਂਕਿ ਇਕੱਲਾ ਟਰੱਕ ਹੀ ਇੱਦਾਂ ਦਾ ਬਿਜ਼ਨਸ ਆ, ਟਰੱਕਿੰਗ ਇੱਥੇ ਵੀ ਜਿਹੜੀ ਆਪਾਂ ਕੋਈ ਵੀ ਬੰਦਾ ਇੱਕੋ ਇੱਦਾਂ ਦੀ ਜੋਬ ਆ ਜਿਹੜੀ ਕੋਈ ਵੀ ਬੰਦਾ ਕਰ ਸਕਦਾ ਲਾਇਸੈਂਸ ਲੈ ਕੇ, ਅਤੇ ਜਿਹਦੇ ਵਿੱਚ ਤੁਹਾਨੂੰ 5,000+ ਪੈਸੇ ਬਣਦੇ ਨੇ। ਬਟ ਇੱਥੇ ਬਹੁਤ ਇੱਦਾਂ ਦੇ ਕੰਮ ਨੇ ਵੀ ਜੇ ਤੁਸੀਂ 6 ਮਹੀਨੇ ਤੋਂ 1 ਸਾਲ ਉਹਦੇ ਵਿੱਚ ਇਨਵੈਸਟ ਕਰੋ ਆਪਦਾ, ਹੈ ਨਾ, ਵੀ ਮਨੀ ਨਹੀਂ ਇਨਵੈਸਟ ਕਰਨੀ, ਤੁਸੀਂ ਟਾਈਮ ਇਨਵੈਸਟ ਕਰੋ, ਕਿਉਂਕਿ ਤੁਸੀਂ ਕੰਮ ਸਿੱਖੋਗੇ, ਹੌਲੀ ਹੌਲੀ ਸਟਾਰਟ ਕਰੋਗੇ, ਪਹਿਲਾਂ $200 ਬਣੂ ਤੁਹਾਨੂੰ, ਕਿਉਂਕਿ ਬਿਜ਼ਨਸ ਹੈ, ਇਹ 'ਚ ਕੋਈ ਪੱਕੀ ਇਨਕਮ ਤਾਂ ਹੈ ਨਹੀਂ। ਬਿਲਕੁਲ। ਪਰ ਇੱਕ ਮਤਲਬ ਵੀ 5,000 ਨੂੰ ਜੇ ਤੁਸੀਂ ਕ੍ਰੋਸ ਕਰਨਾ ਤਾਂ 1.5-1.5 ਸਾਲ ਦੇ ਵਿੱਚ ਤੁਸੀਂ ਐਟਲੀਸਟ 5,000 ਈਜ਼ੀਲੀ ਬਣਾ ਸਕਦੇ ਹੋ ਆਪਦਾ ਕੰਮ ਕਰਕੇ। ਤੇ ਉਹ ਬਾਈ ਜਿਹੜੇ ਇੱਥੇ ਉਹਦੇ ਵੀ ਆਉਂਦੇ ਆ ਤੁਹਾਡੇ ਵਾਲੀ ਗੱਲ 'ਤੇ ਵੀ ਕਿਹੜੇ ਬਿਜ਼ਨਸ ਨਾ ਇੱਥੇ ਆ ਕਿਹੜੇ ਸਟਾਰਟ ਕਰਾਂਗੇ। ਹਾਂਜੀ। ਪਹਿਲਾਂ ਆਪਾਂ ਕਰੀਏ ਵੀ ਇੰਡੀਆ ਤੋਂ ਜਿਹੜਾ ਬੰਦਾ ਆ ਰਿਹਾ ਸਟੂਡੈਂਟ, ਕੁੜੀ ਆ ਰਹੀ ਹੈ, ਮੁੰਡਾ ਆ ਰਿਹਾ, ਉਹ ਕੀ ਸਿੱਖ ਕੇ ਆਵੇ ਜਿਹੜਾ ਇੱਥੇ ਕੰਮ ਆ ਜੇ? ਦੇਖੋ ਵੀਰੇ, ਮੈਂ ਜਦੋਂ ਮੁੰਡਿਆਂ ਦੀ ਗੱਲ ਹੀ ਹੈ, ਹਾਂ, ਜਦੋਂ ਮੈਂ ਇੰਡੀਆ ਤੋਂ ਆਉਣਾ ਸੀ, ਮੈਂ ਤੁਹਾਨੂੰ ਦੱਸਦਾ, ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ ਨਾ, ਮੈਂ ਜੋਬ ਵੀ ਕੀਤੀ ਹੈ, ਅਤੇ ਮੈਨੂੰ ਐਂ ਸੀ ਜਦੋਂ ਮੈਂ ਬਾਹਰ ਜਾਣਾ ਸੀ, ਮੈਂ ਕਿਹਾ ਵੀ ਮੈਂ ਕੋਈ ਨਾ ਕੋਈ ਕੰਮ ਸਿੱਖਾਂ, ਹੈ ਨਾ, ਕਿਉਂਕਿ ਸਾਡੇ ਰਿਲੇਟਿਵ ਸੀ, ਉਹਨਾਂ ਤੋਂ ਮੈਂ ਪੁੱਛਦਾ ਰਹਿੰਦਾ ਸੀ। ਮੈਂ 1-2 ਦਿਨ ਲਾਏ ਮਕੈਨਿਕ ਕੋਲ। ਓਕੇ। ਅਤੇ ਉਹ ਜਦੋਂ ਤੁਹਾਡੀ ਗਲੀ ਵਾਲੇ ਤੁਹਾਨੂੰ ਮਜ਼ਾਕ ਕਰਨ ਲੱਗ ਜਾਂਦੇ ਆ ਵੀ ਇੰਨਾ ਪੜ੍ਹ ਕੇ ਹੁਣ ਤੂੰ ਮਕੈਨਿਕ ਦੇ ਲੱਗ ਗਿਆ ਜਾਣ, ਉਹਨੂੰ ਤਾਂ ਕੁਛ ਨਹੀਂ ਪਤਾ ਹੁੰਦਾ ਵੀ, ਕਿਉਂਕਿ ਆਪਾਂ ਕਿਹੜਾ ਹਰ ਕਿਸੇ ਨੂੰ ਦੱਸਦੇ ਹਾਂ ਵੀ ਮੈਂ ਕੈਨੇਡਾ ਜਾਣਾ ਕੱਲ੍ਹ ਨੂੰ,
ਓਕੇ ਓਕੇ ਮੈਂ ਆਪਦੀ ਲਾਈਨ 'ਚ ਤੁਹਾਨੂੰ ਦੱਸ ਦਿੰਦਾ ਹਾਂਜੀ ਤੁਸੀਂ ਕਾਰ ਮਕੈਨਿਕ ਤੁਸੀਂ 6 ਮਹੀਨੇ ਲਾ ਲਓ ਕਿਸੇ ਵੀ ਮਕੈਨਿਕ ਕੋਲ ਇੰਡੀਆ ਹੈ ਨਾ ਤੁਹਾਡੀ ਜਦੋਂ ਆਇਲਸ ਦਾ ਰਿਜ਼ਲਟ ਆ ਗਿਆ ਤੁਸੀਂ ਵੇਟ ਕਰੀ ਜਾਂਦੇ ਹੋ ਕਿਸੇ ਮਕੈਨਿਕ ਕੋਲ 6 ਮਹੀਨੇ ਲਾ ਲਓ 6 ਮਹੀਨੇ ਤੁਹਾਨੂੰ ਬੇਸਿਕ ਪਤਾ ਲੱਗ ਜੂ ਗੱਡੀਆਂ ਦਾ ਓਕੇ ਉਦੋਂ ਬਾਅਦ ਤੁਸੀਂ ਇੱਥੇ ਆ ਕੇ ਡੈਂਟਿੰਗ ਡੂੰਟਿੰਗ ਹੋ ਗਈ ਕਾਰਾਂ ਹਾਂ ਉਹਦੇ ਵਿੱਚ ਤੁਸੀਂ ਹਾਂ ਜੇ ਤੁਸੀਂ ਇਕੱਲੀ ਡੈਂਟਿੰਗ ਪੇਂਟਿੰਗ ਜਿਹਨੂੰ ਆਪਾਂ ਇੰਡੀਆ ਬੋਲਦੇ ਹਾਂ ਤੁਸੀਂ ਉਹ ਕੰਮ ਸਿੱਖ ਲਓ ਬਹੁਤ ਜ਼ਿਆਦਾ ਕਮਾਈ ਆ ਉਹ ਕੰਮ 'ਚ ਮੈਂ ਸਹੀ ਦੱਸਾਂ ਤੁਹਾਨੂੰ ਹਾਂਜੀ ਹਾਂਜੀ ਤੁਸੀਂ ਕਿਸੇ ਡੈਂਟਿੰਗ ਵਾਲੇ 'ਤੇ ਵਗ ਜਾਓ ਹਾਂਜੀ ਸਾਰਾ ਗਰਾਜ ਭਰਿਆ ਪਿਆ ਉਹਦਾ ਇੰਨੀ ਵੇਟਿੰਗ ਇੰਨੀ ਜ਼ਿਆਦਾ ਹੈ ਨਾ ਹਾਂਜੀ ਬੰਦਿਆਂ ਦੀ ਲੋੜ ਇੰਨੀ ਜ਼ਿਆਦਾ ਆ ਉੱਥੋਂ ਇੰਡੀਆ ਪਤਾ ਨਹੀਂ ਹੁੰਦਾ ਆਪਾਂ ਇੱਕ ਮੈਂ ਐਡਮਿੰਟਨ ਰਹਿੰਦਾ ਸੀਗਾ ਮੁੰਡਾ ਮੇਰੇ ਟਰੱਕ ਚਲਾਉਂਦਾ ਸੀ ਮੇਰੇ ਨਾਲ ਅਤੇ ਉਹਦਾ ਰੂਮਮੇਟ ਕਰਦਾ ਸੀ ਡੈਂਟਿੰਗ ਦਾ ਕੰਮ ਹਾਂਜੀ ਉਹਨੂੰ ਇੱਥੇ ਜੋਬ ਨਹੀਂ ਮਿਲਦੀ ਸੀ ਉਹਨੂੰ ਕਿਸੇ ਡੈਂਟਿੰਗ ਵਾਲੇ ਨੇ ਕਹਿਤਾ ਵੀ ਮੇਰੇ ਕੋਲ ਕੰਮ ਦਾ ਘੱਟ ਹੁੰਦਾ ਵੀ ਜਿੱਦਣ ਮੇਰਾ ਬਿਜ਼ੀ ਹੁੰਦਾ ਵੀ ਤੂੰ ਆ ਜਾ ਕਰ ਓਕੇ ਉਹਨੇ 3-4 ਕੁ ਮਹੀਨੇ ਲਾਏ ਅਤੇ ਡੈਂਟਿੰਗ ਪੇਂਟਿੰਗ ਦਾ ਉਹਨੇ ਕੰਮ ਸਿੱਖ ਲਿਆ ਹੈ ਨਾ ਓਕੇ ਉਹ ਮੁੰਡੇ ਨੇ ਜੋਬ ਨਹੀਂ ਕੀਤੀ ਉਦੋਂ ਬਾਅਦ 'ਚ ਉਹ ਜਿਵੇਂ ਫੇਸਬੁੱਕ 'ਤੇ ਮਾਰਕੀਟ ਪਲੇਸ 'ਤੇ ਐਡ ਪਾ ਆਉਂਦਾ ਸੀ ਜਿਵੇਂ ਛੋਟੇ ਮੋਟੇ ਡੈਂਟ ਹੋ ਗਏ ਜਾਂ ਗੱਡੀ ਦਾ ਮਾੜਾ ਮੋਟਾ ਕਿਤੋਂ ਰੰਗ ਰੁੰਗ ਪੱਟਿਆ ਗਿਆ ਹਾਂ ਕਿਉਂਕਿ ਮੇਨ ਉਹਦੇ ਕੀ ਹੁੰਦਾ ਜਦੋਂ ਗੱਡੀ ਇੱਕ ਦੂਜੇ 'ਚ ਵੱਜਦੀ ਆ ਮਾੜਾ ਮੋਟਾ ਜਿਵੇਂ ਡੈਂਟ ਪੈ ਗਿਆ ਅਗਲਾ ਡਰਦਾ ਜਾਂਦਾ ਨਹੀਂ ਕਿਉਂਕਿ $250-$300 ਤੋਂ ਘੱਟ ਤਾਂ ਡੈਂਟ ਨਿਕਲਦਾ ਨਹੀਂ ਇੱਥੇ ਬਿਲਕੁਲ ਬਿਲਕੁਲ ਉਹ ਮੁੰਡੇ ਨੇ ਥੋੜ੍ਹੇ ਬਹੁਤੇ ਟੂਲ ਬਾਏ ਕੀਤੇ ਅਤੇ ਬੜਾ ਵਧੀਆ ਉਹਨੇ ਸਾਰੀਆਂ ਫੀਸਾਂ ਆਪਦੀਆਂ ਇਸੇ ਪਾਰਟ ਟਾਈਮ ਕੰਮ 'ਚੋਂ ਕੱਢੀਆਂ ਨਾਲੇ ਉਹਨੇ ਆਪਦਾ ਖਰਚਾ ਕੱਢਿਆ ਹੋਰ ਕੰਮ ਇੱਕ ਤਾਂ ਹੋਇਆ ਕਾਰਾਂ ਵਾਲਾ ਸਾਰਾ ਮਕੈਨਿਕ ਟਰੱਕਾਂ ਦੀ ਵੀ ਚਲੋ ਵਿੱਚ ਹੀ ਆ ਗਿਆ ਹਾਂ ਹੁਣ ਤੁਹਾਨੂੰ ਵੀਰੇ ਮੈਂ ਦੱਸਦਾ ਇੱਕ ਟਰੱਕਾਂ ਦੀ ਆਪਾਂ ਕਹਿ ਦਿੰਦੇ ਹਾਂ ਵੀ ਮਕੈਨਿਕ ਹੀ ਆ ਇੰਡੀਆ ਦਾ ਹੈ ਨਾ ਕੈਨੇਡਾ ਦੇ ਵਿੱਚ ਜਿਹੜਾ ਟਰੱਕ ਮਕੈਨਿਕ ਆ ਉਹਦੀ ਆਵਰਲੀ ਜਿਹੜਾ ਵੇਜ ਆ ਉਹਦਾ $90 ਤੋਂ ਲੈ ਕੇ $110 ਹੈ ਪੂਰੇ ਕੈਨੇਡਾ 'ਚ ਜੇ ਤੁਸੀਂ ਟਰੱਕ ਦੀ ਕਿਤੋਂ ਰਿਪੇਅਰ ਕਰਾਉਣੀ ਆ ਤਾਂ 90 ਤੋਂ ਲੈ ਕੇ ਮੰਨ ਕੇ ਚੱਲੋ ਵੀ $110 ਚਾਰਜ ਕਰਦੇ ਆ ਆਵਰਲੀ ਅਤੇ ਕਿਉਂਕਿ ਮੇਰਾ ਟਰੱਕਿੰਗ ਦਾ ਬੈਕਗਰਾਉਂਡ ਆ ਜਿੰਨੇ ਕੁ ਮਕੈਨਿਕਾਂ ਨੂੰ ਮੈਂ ਜਾਣਦਾ $1.5-2 lakh ਡਾਲਰ ਤੋਂ ਘੱਟ ਗਰੋਸ ਕਿਸੇ ਮਕੈਨਿਕ ਦੀ ਨਹੀਂ ਹੈਗੀ ਜਿਹੜਾ ਵਧੀਆ ਮਕੈਨਿਕ ਆ ਇੱਥੇ ਓਕੇ ਅਤੇ ਤੁਸੀਂ ਲਾ ਲਓ ਇਨਵੈਸਟਮੈਂਟ ਕੁਛ ਵੀ ਨਹੀਂ ਹੈਗੀ ਸਿੱਖਣਾ ਹੀ ਹੈ ਹਾਂ ਸਿੱਖਣਾ ਹੀ ਆ ਮਕੈਨਿਕ ਕਈ ਕੀ ਕਰਦੇ ਆ ਮੋਬਾਈਲ ਵੈਨਾਂ ਹੁੰਦੀਆਂ ਕਿਉਂਕਿ ਸਾਡਾ ਗ੍ਰੈਵਲ ਦਾ ਕੰਮ ਸੀ ਸਾਡਾ ਜੇ ਕਿਤੇ ਟਰੱਕ ਖਰਾਬ ਹੋ ਗਿਆ ਅਸੀਂ ਮਕੈਨਿਕ ਨੂੰ ਕਾਲ ਕਰਦੇ ਹਾਂ ਹੈ ਨਾ $150-$200 ਤਾਂ ਉਹਨਾਂ ਦੀ ਉਹ ਰੇਟ ਹੀ ਹੁੰਦਾ ਵੀ ਜੇ ਉਹਨੇ ਤੁਹਾਡੇ ਆਉਣਾ ਓਕੇ ਲੋਕੇਸ਼ਨ 'ਤੇ ਆਉਣਾ ਉਦੋਂ ਬਾਅਦ 'ਚ ਉਹ ਜਿੱਦਾਂ ਦਾ ਉਹਨੇ ਕੰਮ ਹੈ ਚਾਹੇ ਉਹ 15 ਮਿੰਟਾਂ 'ਚ ਕਰਦੇ ਜੇ ਮੰਨ ਲਓ ਉਹਨਾਂ ਨੇ ਰੇਟ ਰੱਖੇ ਹੋਏ ਨੇ ਵੀ ਇਹ ਕੰਮ ਦੀ ਲੇਬਰ ਹੈਗੀ ਆ 1.5 ਘੰਟੇ ਦੀ ਆਹ ਕੰਮ ਦੀ 2.5 ਘੰਟੇ ਦੀ ਹੈ ਜਿਵੇਂ ਕੋਈ ਸੀਲ ਲੀਕ ਹੋ ਗਈ ਉਹਨੇ 1.5 ਘੰਟੇ ਦੀ ਲੇਬਰ ਚਾਰਜ ਕਰਨੀ ਹੈ ਚਾਹੇ ਉਹ 10 ਮਿੰਟ ਚਾਹੇ 20 ਮਿੰਟ 'ਚ ਕਰ ਜੇ ਉਹ ਅਤੇ ਤੁਸੀਂ ਸੋਚ ਕੇ ਦੇਖੋ ਵੀ ਜੇ ਤੁਸੀਂ ਇੰਡੀਆ ਤੋਂ ਇੱਦਾਂ ਦਾ ਕੋਈ ਕੰਮ ਸਿੱਖ ਕੇ ਆਓ ਕੋਈ ਵੀ ਸਕਿੱਲ ਹੈ ਨਾ ਹਾਂ ਕੋਈ ਵੀ ਸਕਿੱਲ ਹਾਂਜੀ 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 ਇੱਕ ਇਹ ਤਾਂ ਹੋ ਗਿਆ ਚਲੋ ਮੁੰਡਿਆਂ ਲਈ ਹੈ ਨਾ ਵੀ ਚਲੋ ਇਹ ਕੰਮ ਸਿੱਖਿਆ ਜਾਂਦਾ ਬਾਕੀ ਕੋਈ ਵੀ ਤੁਹਾਨੂੰ ਪਲੰਬਰ ਆਉਂਦਾ ਤੁਹਾਨੂੰ ਪਲੰਬਰ ਤੁਸੀਂ ਇਲੈਕਟ੍ਰੀਸ਼ਨ ਹੋ ਤੁਸੀਂ ਹੁਣ ਇੱਥੇ ਇਹ ਨਾ ਪੁੱਛੋ ਵੀ ਅਸੀਂ ਸਾਨੂੰ ਸੱਦ ਲਓ ਸੱਦਣ ਦੀ ਗੱਲ ਨਹੀਂ ਕਰ ਰਹੇ ਅਸੀਂ ਜੇ ਕੋਈ ਸਟੂਡੈਂਟ ਆ ਰਿਹਾ ਉਹਨੂੰ ਇਹ ਆਉਂਦਾ ਇੱਥੇ ਜਾ ਕੇ ਬਹੁਤ ਬੈਨੀਫਿਟ ਆ ਕੋਈ ਰੈਨੋਵੇਸ਼ਨ ਤੁਹਾਨੂੰ ਇੰਡੀਆ ਮਿਸਤਰੀ ਹੋ ਤੁਸੀਂ ਹਾਂਜੀ ਕੋਈ ਵੀ ਕੰਮ ਸਕਿੱਲ ਆ ਇੱਥੇ ਤੁਹਾਨੂੰ ਕੰਮ ਕਿਸੇ ਨਾਲ ਸਿੱਖ ਲਿਓ ਤੁਹਾਨੂੰ ਫਾਇਦਾ ਹੈਗਾ ਹੀ ਆ ਹੁਣ ਕੁੜੀਆਂ 'ਤੇ ਆ ਜੇ ਕੁੜੀਆਂ ਕਿਹੜਾ ਕੰਮ ਸਿੱਖਿਆ ਹੁਣ ਕੁੜੀਆਂ ਵੀਰੇ ਸਟਿਚਿੰਗ ਦਾ ਸਿੱਖ ਸਕਦੀਆਂ ਕੰਮ ਕਿਉਂਕਿ ਜ਼ਿਆਦਾ ਤਾਂ ਆਪਾਂ ਨੂੰ ਮੈਂ ਦੱਸ ਨਹੀਂ ਸਕਦਾ ਕੁੜੀਆਂ ਬਾਰੇ ਹੈ ਨਾ ਪਰ ਜਿੰਨਾ ਕੁ ਮੈਂ ਹਾਂ ਕੀਤਾ ਕਿਉਂਕਿ ਅਤੇ ਦੂਜੀ ਗੱਲ ਜਿਵੇਂ ਇੱਕ ਅਸੀਂ ਹੁਣ ਪਿੱਛੇ ਇਹ ਦੇਖ ਰਹੇ ਸੀ ਜਿਵੇਂ ਹੁਣ ਆਪਣਾ ਕਿਚਨ ਦਾ ਸਮਾਨ ਹੋ ਗਿਆ ਓਕੇ ਤੁਸੀਂ ਸੇਲ ਪਰਚੇਜ਼ ਕਰ ਸਕਦੇ ਹੋ ਇੰਡੀਆ ਤੋਂ ਮੰਗਾ ਕੇ ਕੁੜੀਆਂ ਸੂਟਾਂ ਦਾ ਕੰਮ ਸ਼ੁਰੂ ਕਰ ਸਕਦੀਆਂ ਇੱਥੇ ਟਿਕਟੋਕ ਤੇ ਹਾਂ ਜੇ ਤੁਸੀਂ ਇੱਕ ਮੈਂ ਤੁਹਾਨੂੰ ਇੱਕ ਦੱਸਦਾ ਵੀ ਬਿਜ਼ਨਸ ਨਿਕਲਦਾ ਕਿਵੇਂ ਆ ਹੈ ਨਾ ਵੀ ਇਹ ਬੰਦਾ ਸੋਚਦਾ ਮੈਂ ਕਿਹੜਾ ਬਿਜ਼ਨਸ ਕਰਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਕਾਟਨ ਦੀਆਂ ਚਾਦਰਾਂ ਦਾ ਤੁਸੀਂ ਇੰਡੀਆ ਰੇਟ ਪਤਾ ਕਰਕੇ ਦੇਖਿਓ ਓਕੇ ਇੰਡੀਆ ਤੋਂ ਮੰਨ ਕੇ ਚੱਲੋ ਜੇ 100% ਕਾਟਨ ਦੀ ਤੁਸੀਂ ਬੈੱਡ ਸ਼ੀਟ ਵੇਚਣੀ ਆ ਸਮੇਤ ਸਰਾਣੇ ਤਾਂ 80 ਤੋਂ ਲੈ ਕੇ $100 ਦੀ ਆ ਇੱਥੇ ਹਾਂ ਅਤੇ ਜੇ ਇੰਡੀਆ ਤੋਂ ਤੁਸੀਂ ਇੰਪੋਰਟ ਕਰਾਉਣੀ ਹੋਵੇ ਤਾਂ ਮੈਂ ਲੱਗਦਾ $15-20 ਦੇ ਵਿੱਚ ਤੁਸੀਂ ਇੱਥੇ ਇੰਪੋਰਟ ਕਰਾ ਸਕਦੇ ਹੋ 80% ਬੈਨੀਫਿਟ 80% ਮਾਰਜਨ ਕਿਹੜੇ ਕੰਮ 'ਚ ਅੱਜ ਦੀ ਡੇਟ 'ਚ ਦੂਜੀ ਗੱਲ ਕੁੜੀਆਂ ਨੂੰ ਸਟਿਚਿੰਗ ਆਉਂਦੀ ਹੁੰਦੀ ਹੈ ਕੁੜੀਆਂ ਅਤੇ ਮੁੰਡੇ ਮੈਂ ਦੋਨਾਂ ਵਾਸਤੇ ਦੱਸਦਾ ਇੱਥੇ ਨਾ ਆਪਣੀਆਂ ਜਿਵੇਂ ਗੱਡੀਆਂ ਆਉਂਦੀਆਂ ਨੇ ਗੱਡੀਆਂ 'ਚ ਤੁਸੀਂ ਦੇਖਿਆ ਹੋਗਾ ਕੱਪੜੇ ਵਾਲੀਆਂ ਸੀਟਾਂ ਹੁੰਦੀਆਂ ਨੇ ਹਨਾ ਮੈਨੂੰ ਵੀ ਚਾਹੀਦੀ ਹੈ ਨਾ ਹੁਣ ਤੁਹਾਡੀ ਵੀ ਗੱਡੀ 'ਚ ਕੱਪੜੇ ਵਾਲੀਆਂ ਜਿਵੇਂ ਸੀਟਾਂ ਨੇ ਉਹ ਸੀਟਾਂ ਖਰਾਬ ਹੋ ਜਾਂਦੀਆਂ ਨੇ ਅਤੇ ਜੇ ਤੁਸੀਂ ਇੱਕ ਉਹਦੇ 2 ਤਰ੍ਹਾਂ ਦੇ ਸੀਟ ਕਵਰ ਆਉਂਦੇ ਨੇ ਕਿਉਂਕਿ ਮੈਂ ਤੁਹਾਨੂੰ ਆਪਦੇ ਬਿਜ਼ਨਸ 'ਚ ਦੱਸਦਾ ਮੈਂ ਵੀ ਸੈੱਲ ਕਰਦਾ ਹਨਾ ਮੈਂ ਯੂਨੀਵਰਸਲ ਜਿਵੇਂ ਸੈੱਲ ਕਰਦਾ ਸੀਟ ਕਵਰ ਇੱਕ ਸੀਟ ਕਵਰ ਹੁੰਦੇ ਨੇ ਵੀ ਜਿਵੇਂ ਆਪਾਂ ਕੱਪੜੇ ਸਿਵਾਉਂਦੇ ਇੰਡੀਆ 'ਚ ਉਰੇ ਜੇ ਤੁਸੀਂ ਤੁਹਾਡੀ ਗੱਡੀ ਦੀ ਡਿਮੈਂਸ਼ਨਿੰਗ ਕਰਕੇ ਤੁਸੀਂ ਸੀਟ ਕਵਰ ਸਿਵਾਉਣੇ ਆ ਇੱਕ ਗੱਡੀ 'ਚੋਂ ਤੁਸੀਂ $250-$300 ਸੀਟ ਕਵਰ ਸਿਉਂ ਕੇ ਬਣਾ ਸਕਦੇ ਹੋ $300 ਰੁਪਈਏ ਨਹੀਂ ਹਾਂ ਡਾਲਰ ਬਣਾ ਸਕਦੇ ਹੋ ਤੁਸੀਂ ਤੁਸੀਂ ਕੁਛ ਨਹੀਂ ਕਰਨਾ ਤੁਸੀਂ ਉਹ ਜਿਹੜਾ ਜਿਵੇਂ ਇੰਡੀਆ ਆਪਣੇ ਕੱਪੜੇ ਦਾ ਥਾਂ ਹੁੰਦਾ ਐਂ ਲੈਦਰ ਦਾ ਥਾਂ ਮਿਲ ਜਾਂਦਾ ਪੂਰਾ ਅਤੇ ਜੇ ਤੁਹਾਨੂੰ ਉਹਦੀ ਲੈਣੀ ਆਉਂਦੀ ਹੈ ਮਾਪ ਜਿਵੇਂ ਹੁਣ ਇੰਡੀਆ ਦੇਖਿਆ ਹੋਊਗਾ ਆਪਣੇ ਪਿੰਡਾਂ 'ਚ ਵੀ ਹੈਗੇ ਨੇ ਸਾਡੇ ਇੱਕ ਕਾਕਾ ਬਾਈ ਆਪਣੇ ਕੋਟ ਧਰਮੂ ਕਾਕਾ ਸੀਟ ਮੇਕਰ ਹਨਾ ਉਹ ਤੋਂ ਮੈਂ ਕੰਮ ਪੱਕੇ ਸਿੱਖ ਕੇ ਆਉਣਾ ਕੱਲ੍ਹ ਪਤਾ ਕੀ ਆ ਦੇਖਣ ਨੂੰ ਤਾਂ ਬੜਾ ਲੋਕ ਕਹਿੰਦੇ ਵੀ ਯਾਰ ਸੀਟਾਂ ਹੀ ਸਿਉਂਦੇ ਨੇ ਪਰ ਪੈਸਾ ਹੀ ਬਹੁਤ ਆ ਨਾ ਇੱਥੇ
ਜੇ ਤੁਸੀਂ ਸੀਟ ਕਵਰ ਸਿਆਉਣੇ ਆ ਹਨਾ, ਪਹਿਲੀ ਗੱਲ ਤਾਂ ਤੁਹਾਨੂੰ ਬੰਦਾ ਨਹੀਂ ਲੱਭਣਾ ਇੱਥੇ, ਮੈਨੂੰ ਲਾਭ ਨਹੀਂ ਲੱਭਿਆ ਤੁਸੀਂ ਲੱਭ ਲਿਓ, ਤੁਹਾਨੂੰ ਬੰਦਾ ਨਹੀਂ ਲੱਭਣਾ ਅਤੇ ਲੋਕ 600-600 ਡਾਲਰ ਵੀ ਚਾਰਜ ਕਰਦੇ ਨੇ ਸੀਟ ਕਵਰ ਦਾ। ਮੈਨੂੰ ਜੇ ਲੈਦਰ ਮਿਲ ਜੇ ਮੈਂ 400 ਜਮਾਨੀ ਮੈਂ ਦੇ ਦੂੰਗਾ। ਹਾਂ ਮੈਨੂੰ ਜੇ ਮੈਂ ਕਿਉਂਕਿ ਗੰਦੀਆਂ ਹੋਈ ਜਿੱਦਾਂ ਸਾਫ਼ ਹੁੰਦੀ ਤਾਂ ਹੀ ਡੋਲੋ ਜੇ ਤਾਂ ਨਹੀਂ ਸਾਫ਼ ਹੁੰਦੀ। ਹੁਣ 50 ਡੋਲੇ ਜੇ ਤਾਂ ਇੱਕ ਹੋਰ ਹੋ ਗਿਆ ਵੀਰੇ, ਜਿਵੇਂ ਕਾਰ ਡਿਟੇਲਿੰਗ ਦਾ ਕੰਮ ਹੋ ਗਿਆ। ਹੁਣ ਮੇਰਾ ਇੱਕ ਫਰੈਂਡ ਆਇਆ ਸੀ ਇੰਡੀਆ ਤੋਂ, ਇੰਡੀਆ ਉਹ ਸੇਲਸ ਕਰਦਾ ਸੀ ਹਨਾ, ਅਤੇ ਉਹ ਉਰੇ ਆ ਕੇ ਕਨਫਿਊਜ਼ ਸੀਗਾ। ਉਹ ਹੁਣ ਕੈਨੇਡਾ ਪੋਸਟ 'ਚ ਜੋਬ ਵੀ ਕਰਦਾ ਹੈ, ਜਿਹਨੂੰ 15-20 ਦਿਨ ਹੀ ਹੋਏ ਹੋਣਗੇ ਆਏ ਨੂੰ, ਕੁਆਰੰਟੀਨ ਖਤਮ ਕੀਤੇ ਨੂੰ। ਓਕੇ, ਉਹ ਬੰਦਾ ਫ੍ਰੀ ਦੇ ਵਿੱਚ ਕਿਸੇ ਬੰਦੇ ਕੋਲ ਕੰਮ ਸਿੱਖ ਰਿਹਾ ਕਾਰ ਡਿਟੇਲਿੰਗ ਦਾ। ਓਕੇ, ਅਤੇ ਉਹ 7-8 ਦਿਨਾਂ 'ਚ ਉਹਨੂੰ ਕੰਮ ਆ ਗਿਆ ਸਾਰਾ, ਕਿਉਂਕਿ ਕਾਰ ਹੀ ਗੱਡੀ ਉਹ ਧੋਣੀ ਆ ਤੁਸੀਂ, ਸਾਫ਼ ਸੂਫ਼ ਹੀ ਹੁੰਦਾ ਨਾ ਜਗਾਉਣਾ ਬੇਸਿਕਲੀ। ਹਾਂ, ਉਹਦੇ ਵਿੱਚ ਮਾੜੇ ਮੋਟੇ ਆਪਾਂ ਯੂਜ਼ ਕਰਦੇ ਹਾਂ, ਆਹ ਐਸਿਡ ਯੂਜ਼ ਕਰਦੇ ਹਾਂ, ਅਪੁਆਇੰਟਮੈਂਟ ਨਹੀਂ ਮਿਲਦੀ ਤੈਨੂੰ ਪਤਾ। ਹਾਂ, ਹੁਣ ਤੁਸੀਂ ਡਿਟੇਲਿੰਗ 'ਚ ਮੰਨ ਕੇ ਚੱਲੋ ਵੀ 20-25 ਡਾਲਰ ਦਾ ਸਮਾਨ ਲੱਗਦਾ ਨਹੀਂ, ਘੰਟੇ 1.5 ਘੰਟੇ 'ਚ ਤੁਸੀਂ 100-150 ਡਾਲਰ ਗੱਡੀ ਦਾ ਬਣਾ ਸਕਦੇ। ਸ਼ਰਮ ਮੰਨੇ ਵੀ ਸਾਫ਼ ਆਈ ਜਾਂਦੇ ਫਿਰ ਲੋਕ ਕਹਿੰਦੇ ਨੇ ਵੀ ਸਾਫ਼ ਗੱਡੀ ਸਾਫ਼ ਕਰਨੇ ਕੰਮ। ਹਾਂਜੀ ਹਾਂਜੀ, ਪੈਸਾ ਦੇਖੋ ਨਾ ਕਿੰਨਾ। ਤੁਸੀਂ ਦੇਖੋ ਵੀ ਉਰੇ ਸਟੂਡੈਂਟ, ਮੈਂ ਜਦੋਂ ਜੋਬ ਕਰਦਾ ਸੀ ਮੈਂ 6 ਡਾਲਰ 'ਤੇ ਜੋਬ ਕਰਦਾ ਹੁੰਦਾ ਸੀ ਹਨਾ, ਜਿਹੜੀ ਮੇਰੀ ਪਹਿਲੀ ਜੋਬ ਸੀ ਪੀਜ਼ੇ 'ਤੇ ਮੈਂ ਕੰਮ ਕਰਦਾ ਸੀ 12 ਚ, ਅਤੇ ਅੱਜ ਦੀ ਡੇਟ 'ਚ ਜੇ ਤੁਸੀਂ ਡੀਟੇਲਿੰਗ ਹੀ ਕਰਦੇ ਹੋ ਗੱਡੀ ਦੀ ਤਾਂ ਮੰਨ ਕੇ ਚੱਲੋ ਜੇ ਤੁਸੀਂ ਵੀਕਐਂਡ 'ਤੇ 5 ਗੱਡੀਆਂ ਵੀ ਕੱਢਦੀਆਂ ਤਾਂ 500 ਡਾਲਰ ਅਤੇ 2000 ਡਾਲਰ ਹੋ ਗਿਆ ਮਹੀਨੇ ਦਾ ਹਨਾ, ਪਾਰਟ ਟਾਈਮ ਕੰਮ। ਪਾਰਟ ਟਾਈਮ ਅਤੇ 2000 ਡਾਲਰ ਮੈਨੂੰ ਲੱਗਦਾ ਬਹੁਤ ਇੱਥੇ ਸਟੂਡੈਂਟ ਵਾਸਤੇ। ਬਿਲਕੁਲ ਅਤੇ ਸਾਰੇ ਇੱਦਾਂ ਦੇ ਕੰਮ ਨੇ, ਉੱਟ ਕੇ ਵੀ ਕਰਦੇ ਹਾਂ ਹਾਂ, ਇਹ ਇੱਦਾਂ ਦੇ ਕੰਮ ਨੇ ਵੀਰੇ, ਕੋਈ ਬਾਹਲੇ ਔਖੇ ਨਹੀਂ ਹੈਗੇ ਜੇ ਤੁਸੀਂ ਕਰਨੇ ਹੋਣ ਨਾ। ਹੁਣ ਤੁਸੀਂ ਇੱਕੋ ਬਾਈ ਤੁਸੀਂ ਬਣਾਈ ਸੀ ਵੀਡੀਓ, ਟਰੱਕਾਂ ਦੀ ਡਿਟੇਲਿੰਗ ਕਰਦੇ ਆ ਜਿਵੇਂ ਬਾਈ ਪਾਰਟ ਟਾਈਮ ਹਨਾ, ਹੁਣ ਉਹ ਟਰੱਕ ਚਲਾਉਂਦੇ ਨੇ, ਉਹ ਤੁਸੀਂ ਦਿਲਾ ਲਓ ਹਿਸਾਬ ਕਿਤਾਬ ਵੀ 6,000-7,000 ਡਾਲਰ ਜਿਹੜਾ ਬੰਦਾ ਟਰੱਕ ਚਲਾਉਂਦਾ ਨਾਲ ਉਹ ਡਿਟੇਲਿੰਗ ਵੀ ਮਿਹਨਤ ਕਰ ਰਿਹਾ ਉਹ, ਅਤੇ ਇਹ ਸ਼ਰਮ ਨਾ ਮੰਨਿਆ ਕਰੋ ਕੁਛ ਨਹੀਂ ਹੁੰਦਾ। ਹਾਂਜੀ ਹਾਂਜੀ, ਹਾਂ ਕੋਈ ਵੀ ਬਿਜ਼ਨਸ ਆ ਉਹ ਐਂ ਨਿਕਲਦਾ, ਤੁਸੀਂ ਅੱਜ ਡਿਟੇਲਿੰਗ ਕਰਦੇ ਹੋ ਕੱਲ ਨੂੰ ਹੋ ਸਕਦਾ ਤੁਸੀਂ ਕਾਰ ਵਾਸ਼ ਪਰਚੇਜ਼ ਕਰ ਲਓ ਆਪਦਾ, ਕਿਉਂਕਿ ਤੁਸੀਂ ਉਹ ਫੀਲਡ 'ਚ ਅੱਗੇ ਚਲੇ ਗਏ, ਕਾਰ ਵਾਸ਼ ਤੋਂ ਤੁਸੀਂ ਹੌਲੀ ਹੌਲੀ ਕਾਰ ਨਾਲ ਰਿਲੇਟਡ ਕੋਈ ਹੋਰ ਬਿਜ਼ਨਸ ਸ਼ੁਰੂ ਕਰ ਲਓ। ਨਿਕਲ ਜਾਂਦੇ ਨੇ ਗਾਹਾਂ, ਹਾਂਜੀ ਹਾਂਜੀ ਹਾਂਜੀ, ਮੈਟ ਹੋ ਗਏ, ਮੈਟ ਹੋ ਗਏ ਕਾਰਾਂ, ਜਿਵੇਂ ਆਪਾਂ ਟਿੰਟ ਕਰਾਉਣੇ ਕਾਰਾਂ ਹਨਾ, ਸਾਰੇ ਹਰੇਕ ਮੁੰਡੇ ਕੋਲ ਕਾਰ, ਵਿੰਡੋ ਟਿੰਟ ਤੁਸੀਂ ਲਾ ਲਓ ਵਿੰਡੋ। ਹੁਣ ਤੁਹਾਨੂੰ ਮੈਂ ਵਿੰਡੋ ਟਿੰਟ ਦੀ ਗੱਲ ਦੱਸਦਾ, ਮੇਰਾ ਨਾ ਰੀਸੈਲਿੰਗ ਦਾ ਵੀ ਕੰਮ ਹੈ, ਜਿਵੇਂ ਮੈਂ ਮੈਟ ਨਾ ਮੇਰੇ ਇੱਕ ਤਾਂ ਮੈਂ ਕਸਟਮਰ ਨੂੰ ਵੇਚਦਾ, ਇੱਕ ਮੈਂ ਜਿਵੇਂ ਕਈ ਲੋਕ ਜਿਵੇਂ ਵਿੰਡੋ ਨੂੰ ਵੇਚਦਾ, ਹਾਂ ਜਿਹੜੇ ਵਿੰਡੋ ਟਿੰਟਿੰਗ ਕਰਦੇ ਨੇ ਜਾਂ ਆਟੋ ਮਕੈਨਿਕ ਨੇ, ਉਹ ਵੀ ਮੇਰੇ ਤੋਂ ਮੈਟ ਪਰਚੇਜ਼ ਕਰਕੇ ਉਹ ਅੱਗੇ ਇਹਨਾਂ ਨੂੰ ਰੀਸੈਲ ਕਰਦੇ ਨੇ। ਓਕੇ, ਅਤੇ ਮੈਂ ਇੱਕ ਟਿੰਟਿੰਗ ਵਾਲੇ ਕੋਲ ਗਿਆ, ਉਹ ਬੰਦੇ ਨੇ ਮੈਨੂੰ ਗੱਲ ਦੱਸੀ ਵੀ, ਮੈਂ ਕਿਹਾ ਵੀ ਆਹ ਜਿਹੜਾ ਤੂੰ ਮੁੰਡਾ ਰੱਖਿਆ ਵੀ ਇਹਨੂੰ ਕੀ ਪੇ ਕਰਦਾ, ਉਹ ਕਹਿੰਦਾ ਵੀਰੇ ਪਹਿਲੀ ਗੱਲ ਤਾਂ ਟਿੰਟਿੰਗ ਵਾਲਾ ਮੁੰਡਾ ਇੱਥੇ ਮਿਲਦਾ ਨਹੀਂ ਜਿਹਨੂੰ ਵਿੰਡੋ ਟਿੰਟਿੰਗ ਆਉਂਦੀ ਹੋਵੇ ਹੈ ਨਾ, ਅਤੇ ਇਹ ਕਹਿੰਦਾ ਬੰਦੇ ਨੂੰ ਟਿੰਟਿੰਗ ਆਉਂਦੀ ਆ ਅਤੇ $500 ਕੈਸ਼ ਦਿਨ ਦਾ ਉਹਨੂੰ ਪੇ ਕਰਦਾ। ਸਟੂਡੈਂਟ ਆ ਕੇ ਕਰ ਸਕਦਾ, ਜਿਵੇਂ ਰੈਨੋਵੇਸ਼ਨ ਹੋ ਗਈ ਜਿਵੇਂ ਆਪਣਾ ਕੈਮਰੇ ਕੁਮਰੇ ਲਾਉਣੇ, ਵੀ ਕਿਹੜਾ ਕੰਮ ਚਾਹੇ ਇੱਥੇ ਵੀਰੇ? ਮੇਰੇ ਹਿਸਾਬ ਨਾਲ ਜਿੰਨੇ ਕੁ ਮੈਂ ਕੰਮ ਦੇਖੇ ਨੇ, ਜਦੋਂ ਤੁਸੀਂ ਇੱਥੇ ਆ ਗਏ ਹਨਾ, ਤੁਸੀਂ ਆ ਕੇ ਆਪਾਂ ਨੂੰ ਚਲੋ ਫੀਸ ਵੀ ਆਪਾਂ ਕੱਢਣੀ ਹੁੰਦੀ ਆ, ਆਪਾਂ ਆਪਦੇ ਆਪ ਨੂੰ ਬਹੁਤ ਜ਼ਿਆਦਾ ਬਿਜ਼ੀ ਕਰ ਲੈਂਦੇ ਹਾਂ ਹਨਾ। ਹਾਂਜੀ ਹਾਂਜੀ, ਤੁਸੀਂ ਥੋੜ੍ਹਾ ਜਿਹਾ ਮਾਰਕੀਟ 'ਚ ਦੇਖੋ ਵੀ ਮੈਂ ਕਿੱਥੇ ਐਡਜਸਟ ਹੋ ਸਕਦਾ। ਹਰ ਬੰਦੇ ਦਾ ਇੰਟਰਸਟ ਹੁੰਦਾ ਹਨਾ, ਮੇਰਾ ਜਿਵੇਂ ਮੇਰਾ ਮੰਨ ਲਓ ਮਕੈਨੀਕਲ ਲਾਈਨ 'ਚ ਇੰਟਰਸਟ ਆ, ਤਾਂ ਮੈਂ ਤੁਹਾਨੂੰ ਉਹਦੇ ਨਾਲ ਹੀ ਰਿਲੇਟਡ ਜ਼ਿਆਦਾ ਕੰਮ ਦੱਸੂਗਾ। ਕਿਸੇ ਬੰਦੇ ਨੂੰ ਇਲੈਕਟ੍ਰੀਸ਼ਨ ਦਾ ਜੇ ਇੰਟਰਸਟ ਹੈਗਾ, ਤੁਸੀਂ ਕਿਸੇ ਵੀ ਇਲੈਕਟ੍ਰੀਸ਼ਨ ਨਾਲ ਕੰਮ ਕਰਨ ਲੱਗ ਜਾਓ, ਪਹਿਲਾਂ ਤੁਹਾਨੂੰ ਘੱਟ ਪੇ ਕਰੂਗਾ ਉਹ। ਓਕੇ, ਪੇ ਕਰੂਗਾ, ਹਾਂ ਪੇ ਕਰੂਗਾ ਤੁਹਾਨੂੰ ਥੋੜ੍ਹਾ ਜਿਹਾ ਘੱਟ ਪੇ ਕਰੂਗਾ, 1.5-2 ਸਾਲ ਜਦੋਂ ਤੁਸੀਂ ਲਾ ਲਏ, ਤੁਸੀਂ PR ਵੀ ਉਹਦੇ ਵਿੱਚ ਲੈ ਸਕਦੇ ਹੋ। ਅਤੇ ਅਲਬਰਟਾ ਦੇ ਵਿੱਚ ਜਿਵੇਂ ਆਪਾਂ ਜਰਨੀਮੈਨ ਕਹਿੰਦੇ ਸੀ, ਇੱਥੇ ਨਹੀਂ ਮੈਨੂੰ ਪਤਾ ਉਹਦੀ ਇੱਕ ਕੁਆਲੀਫਿਕੇਸ਼ਨ ਹੁੰਦੀ ਆ ਕੋਈ, ਤੁਸੀਂ ਸਰਟੀਫਿਕੇਸ਼ਨ ਲੈ ਕੇ ਅਤੇ 1.5-2 ਸਾਲ ਦੇ ਵਿੱਚ ਬੰਦਾ ਇਲੈਕਟ੍ਰੀਸ਼ਨ ਦਾ ਕੰਮ ਫੁੱਲ ਫਲੈਜ ਸਿੱਖ ਲੈਂਦਾ। ਸਾਹਮਣੇ ਨਾ ਬਰਲਿੰਗ ਟੋਕਦਾ ਤੈਨੂੰ, ਬਰਲਿੰਗ ਸਾਡੇ ਨਾਲ ਘਰ ਦੇ ਸਾਹਮਣੇ ਇੱਕ ਬਾਈ ਆ, ਘਰ ਲਾਰ ਆ ਉਹਦੀ ਬੈਣ ਆ ਇਲੈਕਟ੍ਰੀ, ਹਾਂਜੀ ਹਾਂਜੀ ਠੀਕ ਕਰਦਾ ਉਹ, ਆਪਦੀ ਬੈਣ ਹੀ ਪਾਰਕ ਹੀ ਆਪਦਾ ਕੰਮ ਹੀ ਕਰਦਾ ਨਾ। ਹਾਂਜੀ ਹਾਂਜੀ, ਬਾਰੇ ਪਹਿਲਾਂ ਸਿੱਖਿਆ ਹੋਊਗਾ, ਸੋ ਕੰਮ ਬਹੁਤ ਵਧੀਆ ਨੇ ਇਹ। ਹੋਰ ਬਾਈ ਜੀ, ਹੋਰ ਵੀਰੇ ਇਲੈਕਟ੍ਰੀਸ਼ਨ ਦਾ ਹੋ ਗਿਆ, ਤੁਸੀਂ ਲੈਂਡਸਕੇਪਿੰਗ ਦਾ ਕਰ ਲਓ ਕੰਮ, ਜਿਹੜੇ ਸਟੂਡੈਂਟ ਨੇ ਜਿਵੇਂ ਘਾਹ ਲਾਉਣਾ ਹਨਾ। ਹਾਂ ਘਾਹ ਲਾਉਣਾ ਥੋੜ੍ਹੇ ਜਿਹੇ ਔਖੇ ਕੰਮ ਨੇ, ਇਹ ਸੀਜ਼ਨਲ ਕੰਮ ਹੁੰਦੇ ਨੇ, ਪਰ ਇਹ ਕੰਮਾਂ 'ਚ ਬਹੁਤ ਜ਼ਿਆਦਾ ਪੈਸੇ ਨੇ, ਕਿਉਂਕਿ ਤੁਸੀਂ 15-20 ਦਿਨ ਸਿੱਖ। ਹਾਂ ਹਾਂ ਹਾਂ, ਇਹ 15-20 ਦਿਨਾਂ 'ਚ ਸਿੱਖ ਕੇ ਜਿੱਦਣ ਤੁਸੀਂ ਜਾਓਗੇ, ਜੇ 2 ਜਣੇ ਜਾਂਦੇ ਆ ਬੰਦੇ, 400-500 ਡਾਲਰ ਦਿਹਾੜੀ ਬਣਾ ਸਕਦੇ ਆ ਦੋ ਬੰਦੇ ਈਜ਼ੀਲੀ ਹਨਾ। ਓਕੇ, ਨਾਲੇ ਤੁਹਾਡਾ ਆਪਦਾ ਕੰਮ ਹੈ, ਕੈਸ਼ ਮਨੀ ਆ ਇਹਦੇ ਸਾਰੀ। ਸੋ ਉਹ ਤੋਂ ਬਾਅਦ ਜਿਵੇਂ ਲੈਂਡਸਕੇਪ ਹੋ ਗਿਆ ਕਿ ਆਹ ਜਿਵੇਂ ਕੈਮਰੇ ਕੁਮਰੇ ਲਾਉਣੇ ਹਨਾ, ਇਹ ਵੀ ਬਹੁਤ ਕੈਮਰੇ ਇੰਸਟਾਲੇਸ਼ਨ ਦਾ। ਹਾਂ ਹਾਂ, ਮਤਲਬ ਜਿਹੜਾ ਇੱਕ ਸਟੂਡੈਂਟ ਹੈ ਜਦੋਂ ਇੰਡੀਆ ਉਹਦੀ ਆਇਲਸ ਹੋ ਗਈ, ਤਾਂ ਉਹਦੇ ਕੋਲ ਉਹ ਟਾਈਮ ਜਿਹੜਾ ਹੁੰਦਾ ਗਾ, ਹਾਂ ਉਹ ਵੇਸਟ ਨਹੀਂ ਕਰਨਾ ਚਾਹੀਦਾ। ਤੁਸੀਂ ਜਿਵੇਂ ਮੈਂ ਤੁਹਾਨੂੰ ਹੁਣ ਕਾਰ ਸੀਟ ਕਵਰ ਦੱਸਿਆ, ਤੁਸੀਂ ਕੰਮ ਤੁਹਾਨੂੰ, ਹਾਂ ਮੇਰੇ ਕੋਲ ਇੰਨੇ ਕਸਟਮਰ ਨੇ, ਮੈਂ ਗੱਲ ਦੱਸਦਾ ਮੇਰਾ ਆਪਦਾ
ਭਰਾ ਮੇਰਾ ਹੈ ਨਾ ਉਹਨੇ ਆਇਲਸ ਕਰ ਲਈ ਹੁਣ ਹੁਣ ਉਹਨੂੰ ਮੈਂ ਟਾਇਰਾਂ ਦਾ ਕੰਮ ਸਿਖਾਈ ਜਾਂਦਾ ਓਕੇ ਮੈਂ ਕਿਹਾ ਵੀ ਟਾਇਰ ਚੇਂਜ ਕਰਨੇ ਸਿੱਖ ਪਹਿਲਾਂ ਜਦੋਂ ਮੈਂ ਇੰਡੀਆ ਹੁੰਦਾ ਸੀ ਨਹੀਂ ਮੈਂ ਦੱਸਦਾ ਜਦੋਂ ਮੈਂ ਇੰਡੀਆ ਹੁੰਦਾ ਸੀ ਮੈਂ ਉਹਨੂੰ ਧੱਕੇ ਨਾਲ ਭੇਜਦਾ ਸੀਗਾ ਟਰੱਕਾਂ ਦਾ ਮੈਂ ਕਿਹਾ ਤੂੰ ਕੰਮ ਸਿੱਖ ਹੈ ਨਾ ਮਕੈਨਿਕੀ ਦਾ ਜਿੰਨੇ ਦਿਨ ਮੈਂ ਇੰਡੀਆ ਸੀ ਉਹਨੇ ਉਨੇ ਦਿਨ ਗਿਆ ਜਿੱਦਣ ਮੈਂ ਮੇਰੀ ਫਲਾਈਟ ਸੀ ਜਿੱਦਣ ਮੈਂ ਇੱਧਰ ਆ ਗਿਆ ਉਹਨੇ ਅਗਲੇ ਦਿਨ ਹੀ ਕੰਮ ਛੱਡਤਾ ਉਹ ਸੰਗ ਮੰਨਦਾ ਸੀ ਹੈ ਨਾ ਹੁਣ ਜਦੋਂ ਹੁਣ ਮੈਂ ਉਸ ਨੂੰ ਐਂ ਪੂਰਾ ਮੋਟੀਵੇਟ ਕੀਤਾ ਹੋਇਆ ਹੁਣ ਉਹ ਟਾਇਰਾਂ ਦਾ ਕੰਮ ਸਿੱਖ ਰਿਹਾ ਮੈਂ ਕਿਹਾ ਵੀ ਟਾਇਰ ਚੇਂਜ ਕਰਨੇ ਸਿੱਖ ਅਤੇ ਹੌਲੀ ਹੌਲੀ ਲੋਆਇਬਲ ਚੇਂਜ ਕਰਨੇ ਸਿੱਖ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਸੀਟ ਕਵਰ ਸਿੱਖ ਕੇ ਆ ਤੂੰ ਜਿੰਨਾ ਕੁ ਤੂੰ ਸਿੱਖ ਸਕਦਾ ਕੰਮ ਸਟਿਚਿੰਗ ਸਿੱਖ ਲਾ ਹਾਂ ਹਾਂ ਇਹ ਇਹ ਮਤਲਬ ਮੈਂ ਤੁਹਾਨੂੰ ਕਿਉਂ ਤੁਸੀਂ ਕਹੋਗੇ ਵੀ ਇਹੀ ਗੱਲਾਂ ਕਿਉਂ ਵਾਰ ਵਾਰ ਕਹੀ ਜਾਂਦੇ ਕਿਉਂਕਿ ਮੇਰਾ ਇਹ ਫੀਲਡ ਹੈ ਮੈਂ ਤੁਹਾਨੂੰ ਦੱਸ ਇੱਥੇ ਇੰਡੀਆ ਦਾ ਮੈਨੂੰ ਪਤਾ ਨਹੀਂ ਇੱਥੇ ਆਪਾਂ ਜਦੋਂ ਆ ਜਾਂਦੇ ਆਪਣਾ ਖਾਣ ਪੀਣ ਇੱਦਾਂ ਦਾ ਆਪਾਂ ਸਾਰੇ ਲੋਕ ਜਿੰਮ ਜਾਂਦੇ ਹਾਂ ਹੈ ਨਾ ਤੁਸੀਂ ਇੱਕ ਚੀਜ਼ ਦੇਖਿਓ ਤੁਸੀਂ ਤੁਹਾਨੂੰ ਬਹੁਤ ਘੱਟ ਮੈਂ ਤਾਂ ਹਜੇ ਤੱਕ ਕੋਈ ਲੱਭਿਆ ਨਹੀਂ ਮੈਨੂੰ ਤੁਹਾਨੂੰ ਇੱਕ ਵੀ ਸਟੋਰ ਇੱਦਾਂ ਦਾ ਨਹੀਂ ਮਿਲਣਾ ਜਿੱਥੇ ਜਿੰਮ ਦਾ ਏ ਟੂ ਜੈਡ ਸਮਾਨ ਮਿਲਦਾ ਹੋਵੇ ਤੁਸੀਂ ਹੈ ਨਾ ਇੰਪੋਰਟ ਐਕਸਪੋਰਟ ਜੇ ਤੁਹਾਨੂੰ ਮਾੜਾ ਮੋਟਾ ਨੌਲੇਜ ਹੈਗੀ ਆ ਬਾਕੀ ਸਪੈਸ਼ਲ ਵੀਡੀਓ ਬਣਾਵਾਂਗੇ ਸ਼ਿਪਿੰਗ ਹਾਂ ਹਾਂ ਸ਼ਿਪਿੰਗ ਦੇ ਤੁਸੀਂ ਤੁਸੀਂ ਜਿੰਮ ਦਾ ਸਮਾਨ ਮੰਗਾ ਕੇ ਇੱਥੇ ਜਿੰਨਾ ਮਰਜ਼ੀ ਵੇਚੀ ਚੱਲੋ ਓਕੇ ਵਾਧੂ ਪੈਸੇ ਨੇ ਇੱਕ ਹੋਰ ਬੜਾ ਜਿਹੜੇ ਬਾਈ ਜਿਹੜੇ ਕਾਰਾਂ ਲੈਂਦੇ ਆ ਕਾਰ ਥੋੜ੍ਹੀ ਜਿਹੀ ਵੱਡੀ ਲੈ ਲਿਆ ਕਰੋ ਸੈਟਰਡੇ ਸੰਡੇ ਜਿਵੇਂ ਜਿਹੜੇ ਬੱਚੇ ਬੈਰੀ ਪੜ੍ਹਨ ਜਾਂਦੇ ਜਾਂ ਮੋਂਟਰੀਅਲ ਪੜ੍ਹਨ ਜਾਂਦੇ ਪੰਜ ਪੰਜ ਬੱਚੇ ਜਾਂਦੇ ਆ ਆਉਣ ਜਾਣ ਦਾ $100 ਲੈ ਕੇ ਉਹਨਾਂ ਤੋਂ ਉਹਨਾਂ ਨੂੰ ਲੈਣੇ ਤਾਂ ਲਿਫਟ ਦਿੱਤੀ ਜਾਂਦੀ ਆ ਜਾਂ ਜਿਹੜੀਆਂ ਕੰਪਨੀਆਂ ਏਜੰਸੀਆਂ ਏਜੰਸੀ ਜਿੱਥੋਂ ਬੱਚੇ ਕੰਮ ਕਰਨ ਜਾਂਦੇ ਆ ਉਹਨਾਂ ਨੂੰ ਰਾਈਡ ਦੀ ਲੋੜ ਹੁੰਦੀ ਆ ਹਾਂਜੀ ਹਾਂਜੀ ਉਹਨਾਂ ਨਾਲ ਕਜੀਜੀ 'ਤੇ ਐਡ ਪਾਓ ਵੀ ਮੇਰੀ ਗੱਡੀ ਅਵੇਲੇਬਲ ਹੈ ਨਾ 400-500 ਦੋ ਦਿਨਾਂ ਦਾ ਕਿਤੇ ਨਹੀਂ ਜਾਂਦਾ ਇਹ ਕੰਮ ਬਹੁਤ ਵਧੀਆ ਜਦੋਂ ਗੱਡੀ ਲੈਣ ਚੱਕਦੇ ਜੇ ਤੁਸੀਂ ਗੱਡੀ ਬਿਜ਼ਨਸ ਲਈ ਚੱਕਣੀ ਤਾਂ ਗੱਡੀ ਥੋੜ੍ਹੀ ਜਿਹੀ ਵੱਡੀ ਲੈ ਲਿਆ ਕਰੋ ਠੀਕ ਹੈ ਖਰਚਾ 19 ਲੈਂਦੀ ਹੈ ਮਸਟੈਂਗ ਨਾਲੋਂ ਤਾਂ ਇਹ ਜਿਹੀ ਚੱਕ ਲਓ ਕੰਮ ਆ ਜਾਣੀ ਆ ਕਹਿਣ ਦਾ ਮਤਲਬ ਆਇਆ ਵੀਰੇ ਵੀ ਇਹ ਕੰਟਰੀ ਦੇ ਵਿੱਚ ਨਾ ਜੇ ਤੁਸੀਂ ਬਿਜ਼ਨਸ ਕਰਨਾ ਥੋੜ੍ਹੀ ਆਪਦੀ ਸੋਚ ਉਦਾਂ ਦੀਆਂ ਬੁੱਕਸ ਪੜ੍ਹੋ ਉਦਾਂ ਦੀਆਂ ਹੈ ਨਾ ਅੱਜ ਕੱਲ੍ਹ ਦਾ ਯੂਥ ਮਾਹੌਲ ਤੁਸੀਂ ਜਿੰਨਾ ਚਿਰ ਤੁਹਾਡੀ ਆਪਦੀ ਤੁਸੀਂ ਸੋਚ ਨਹੀਂ ਬਦਲਦੇ ਨਾ ਬਿਜ਼ਨਸ ਜੇ ਹਰ ਕੋਈ ਹਰ ਕਿਸੇ ਨੂੰ ਬਿਜ਼ਨਸ ਵਧੀਆ ਲੱਗਦਾ ਹੁੰਦਾ ਵੀ ਮੈਂ ਬਿਜ਼ਨਸ ਕਰਾਂ ਹੈ ਨਾ ਬਟ ਉਹ ਸਾਰਾ ਦਿਨ ਸੁਣਨੇ ਤਾਂ ਜਦੋਂ ਆਪਾਂ ਗਾਣੇ ਆ ਗਾਣੇ ਤੁਹਾਨੂੰ ਉਹ ਦੂਜੇ ਤਰੀਕੇ ਨਾਲ ਮੋਟੀਵੇਟ ਕਰ ਦਿੰਦੇ ਆ ਹੈ ਨਾ ਵੀ ਫਿਰ ਬੰਦੇ ਨੂੰ ਐਂ ਹੁੰਦਾ ਵੀ ਪਹਿਲਾਂ ਮੈਂ ਗੱਡੀ ਲਵਾਂ ਜਿਹੜੀ ਮੈਂ ਗਾਣੇ 'ਚ ਦੇਖੀ ਸੀ ਸਹੀ ਆ ਇਹ ਅਸਰ ਹੁੰਦਾ ਹਾਂ ਮੈਂ ਵੀਰੇ ਦੋ ਟਰੱਕ ਲਏ ਸੀ ਮੇਰੇ ਕੋਲ ਗੱਡੀ $800 ਵਾਲੀ ਸੀ ਸਾਰਿਆਂ ਕੋਲ ਇਹੋ ਜਿਹੀ ਕੋਲ ਹੁੰਦੀ ਗੱਡੀ ਮੈਂ ਪਹਿਲਾਂ ਜਦੋਂ ਮੇਰੀ ਵਾਈਫ ਆਈ ਆ ਮੈਂ ਵਧੀਆ ਗੱਡੀ ਉਦੋਂ ਰੱਖੀ ਜਿਹੜੇ 2-2 ਲੱਖ ਕਮਾਉਂਦੇ ਨੇ ਉਹ ਗੱਡੀਆਂ ਦੇਖੀ ਮਾੜੇ ਮਕੈਨਿਕ ਜਾਂ ਹਾਂ ਹਾਂ ਤੇ ਮੇਰੇ ਕੋਲੇ ਮੈਂ ਹੁਣ ਤੁਹਾਨੂੰ ਦੱਸਦਾ ਮੇਰੇ ਕੋਲ ਬਹੁਤ ਬੱਚੇ ਆਉਂਦੇ ਨੇ ਮੈਟ ਲੈਣ ਜਿਹੜੇ ਸਟੂਡੈਂਟ ਹੁੰਦੇ ਨੇ ਵੀ ਜਿਹੜੇ $1500 to $2000 ਉਹਨਾਂ ਦੀ ਮਹੀਨੇ ਦੀ ਕਮਾਈ ਹੁੰਦੀ ਹੈ ਤੇ $1200-1200 ਉਹ ਗੱਡੀ ਦਾ ਪੇ ਕਰਦੇ ਨੇ ਵਿੱਚ ਇੰਸ਼ੋਰੈਂਸ ਲਾ ਲਓ ਤੁਸੀਂ ਕਿਸੇ ਨੇ ਨਹੀਂ ਦੇਖਣੀ ਬਾਬੇ ਹਾਂ ਤੇ ਉਹ ਜੇ ਤੁਸੀਂ 50,000 ਦੀ ਗੱਡੀ ਨਵੀਂ ਲੈ ਲਈ ਤੇ ਉਹਨੇ 5 ਸਾਲ ਬਾਅਦ ਗੱਡੀ ਉਹਦੇ 50% ਪ੍ਰਾਈਸ ਟੁੱਟ ਜਾਂਦਾ ਗੱਡੀ ਦਾ ਸਟੂਡੈਂਟ ਨੂੰ ਮੈਂ ਕਹਿੰਦਾ ਵੀ ਜੇ ਤੁਸੀਂ ਗੱਡੀ ਲੈਣੀ ਵੀ ਹੈ ਘੱਟੋ ਘੱਟ 5 ਸਾਲ ਚੱਲੀ ਗੱਡੀ ਲਓ ਉਹ ਜੇ 40,000 ਦੀ ਗੱਡੀ ਆ ਤੁਹਾਨੂੰ 16-17,000 ਚ ਮਿਲ ਜਾਣੀਆਂ 5 ਕੁ ਸਾਲ ਚੱਲੀ ਗੱਡੀ ਨੂੰ ਉਰੇ ਕੀ ਹੁੰਦਾ ਹੈ ਨਾ ਵੀ ਗੱਡੀਆਂ ਗੁੱਡੀਆਂ 'ਚ ਨਾ ਬਾਹਲੇ ਪੈਸੇ ਖਰਾਬ ਕਰੋ ਜਿੰਨੇ ਤੁਸੀਂ ਗੱਡੀਆਂ 'ਚ ਪੈਸੇ ਇਨਵੈਸਟ ਕਰਦੇ ਹੋ ਉਨੇ ਪੈਸੇ ਇਨਵੈਸਟ ਕਰਕੇ ਸਟਾਰਟ ਹੋ ਜਾਂਦਾ ਤੁਸੀਂ ਕੋਈ ਵੀ ਇੱਦਾਂ ਦਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਵੀ ਜਿਹਦੇ ਨਾਲ ਤੁਸੀਂ $5,000-8,000 ਤੁਸੀਂ ਵਧੀਆ ਈਜ਼ੀਲੀ ਬਣਾ ਸਕਦੇ ਹੋ ਓਕੇ ਓਕੇ ਹਾਂਜੀ ਸੋ ਇਹ ਸੀ ਬਾਈ ਅੱਜ ਦੀ ਵੀਡੀਓ ਬਾਈ ਨਾਲ ਗੱਲਬਾਤ ਬਹੁਤ ਚੰਗਾ ਲੱਗਿਆ ਨੈਕਸਟ ਵੀਡੀਓ ਆਊਗੀ ਜਿਹੜੀ ਆਪਾਂ 50,000 ਤੋਂ ਕੋਈ ਸਟਾਰਟ ਕਰ ਸਕਦੇ ਜਿਵੇਂ ਗਰੋਸਰੀ ਸਟੋਰ ਕੀ ਹੁੰਦਾ ਕਿੰਨੀ ਕਮਾਈ ਹੁੰਦੀ ਆ ਪੰਪ ਤੋਂ ਕਿੰਨੀ ਕਮਾਈ ਹੁੰਦੀ ਆ ਜਾਂ ਕੋਈ ਰੈਸਟੋਰੈਂਟ ਖੋਲ੍ਹਣਾ ਆਪਦਾ ਉਹਦੀ ਕਿੰਨੀ ਕਮਾਈ ਹੁੰਦੀ ਜਿਵੇਂ ਟਿਮ ਹੋਟਲ ਦਾ ਜਾਂ ਇੱਦਾਂ ਦੇ ਜਿੱਦਾਂ ਦੀਆਂ ਆਪਾਂ ਲੈ ਸਕਦੇ ਹੁੰਦੇ ਹਾਂ ਵੀ ਇਹ ਕਿਵੇਂ ਸਿਸਟਮ ਹੁੰਦਾ ਗੱਲਬਾਤ ਕਰਾਂਗੇ ਸੋ ਤਦ ਤੱਕ ਦੀ ਵੇਟ ਕਰਿਓ ਤੁਸੀਂ ਵੀਡੀਓ ਆਉਂਦੀ ਰਹਿਣੀ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਕਿਉਂਕਿ ਬਿਜ਼ਨਸ ਤਾਂ ਬਾਹਲੇ ਨੇ ਪਰ ਅਸੀਂ ਉਨੀ ਜਿਹੜੀ ਛੋਟੀ ਜਿਹੀ ਅਪਰੋਚ ਹਾਂ ਕਿਉਂਕਿ ਸਾਨੂੰ ਨਾ ਹੁਣ ਅਸੀਂ ਤੁਹਾਨੂੰ ਦੱਸ ਜੀ ਤੁਸੀਂ ਕਹੋਗੇ ਵੀ ਤੁਸੀਂ ਇਹ ਵੀਡੀਓ ਬਣਾਈ ਕਿਉਂ ਹੈ ਨਾ ਅਸੀਂ ਇੱਕ ਮੇਰੀ ਜਦੋਂ ਵੀਡੀਓ ਪਾਈ ਸੀ ਮੈਨੂੰ ਅਤੇ ਬਾਈ ਨੂੰ ਬਹੁਤ ਜ਼ਿਆਦਾ ਸਾਨੂੰ ਫੋਨ ਆਏ ਲੋਕਾਂ ਦੇ ਕਿਉਂਕਿ ਉਰੇ ਆ ਕੇ ਆਪਾਂ ਕੰਮ 'ਚ ਫਸ ਜਾਂਦੇ ਹਾਂ ਅਤੇ ਬਹੁਤ ਲੋਕਾਂ ਨੇ ਸਾਨੂੰ ਕਿਹਾ ਵੀ ਯਾਰ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਟਰੱਕ ਦੀ ਬਟ ਹਾਂ ਹਾਂ ਵੀ ਸਾਡੇ ਕੋਲ ਗਾਈਡੈਂਸ ਨਹੀਂ ਹੈਗੀ ਵੀ ਪਲੀਜ਼ ਕੋਈ ਇੱਦਾਂ ਦੀ ਵੀਡੀਓ ਬਣਾਓ ਵੀ ਸਾਨੂੰ ਆਈਡੀਆ ਜਿਹਾ ਹੋ ਜਾਵੇ ਵੀ ਇੱਥੇ ਕੰਮ ਸ਼ੁਰੂ ਕਿਵੇਂ ਕਰਨਾ ਹੈ ਇੰਡੀਆ 'ਚ ਬੈਠੇ ਪਤਾ ਨਹੀਂ ਹੁੰਦਾ ਜਿਵੇਂ ਪਤਾ ਵੀ ਕਿਹੜੇ ਕੰਮ ਹੋਣੇ ਕੈਨੇਡਾ 'ਚ ਹਾਂਜੀ ਹਾਂਜੀ ਆਹੀ ਹੁੰਦਾ ਬਹੁਤ ਕੰਮ ਨੇ ਪੈਰ ਪੈਰ ਤੇ ਕੰਮ ਆ ਕਟਾਈ ਘਾਹ ਦੀ ਬਹੁਤ ਕੁਛ ਆ ਤੁਸੀਂ ਆਪਣੇ ਸਾਰੇ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਆ ਵੀ ਆਪਣਾ ਖਰਚਾ ਬਹੁਤ ਘੱਟ ਹੁੰਦਾ ਆਪਣਾ ਰੂਮ ਦਾ ਮੰਨ ਕੇ ਚੱਲੋ $400-450 ਰੈਂਟ ਆ ਹੈ ਨਾ ਬਿਲਕੁਲ ਜੇ ਤੁਹਾਡੇ ਕੋਲ ਵਧੀਆ 10-15,000 'ਚ ਤੁਹਾਨੂੰ ਬਹੁਤ ਵਧੀਆ ਗੱਡੀ ਮਿਲ ਜਾਂਦੀ ਹੈ ਜਿਹਦਾ ਟੋਟਲ ਖਰਚਾ $500-700 ਆ ਮਹੀਨੇ ਦਾ ਹੈ ਨਾ ਤੁਸੀਂ 4 ਮੁੰਡੇ 5 ਮੁੰਡੇ ਰਹਿੰਦੇ ਹੋ ਆ ਤੁਹਾਨੂੰ ਜਿੰਨੇ ਵੀ ਕੰਮ ਦੱਸਿਆ ਤੁਸੀਂ 4-5 0 ਤੋਂ ਸਟਾਰਟ ਕਰੋ ਹੌਲੀ ਹੌਲੀ ਉਹਨੂੰ ਗਰੋ ਕਰੋ ਜਿਹੜਾ ਵੀ ਕੰਮ ਬਿਜ਼ਨਸ ਕਰਨਾ ਹਾਂ ਜਿਹੜਾ ਵੀ ਤੁਸੀਂ ਕੰਮ ਸ਼ੁਰੂ ਕਰੋਗੇ ਉਹਨੂੰ ਇਹ ਨਾ ਸੋਚੋ ਵੀ ਪਹਿਲੇ ਮਹੀਨੇ ਮੈਨੂੰ 5,000 ਬਣ ਲੱਗ ਜੇ ਪਹਿਲੇ ਮਹੀਨੇ ਤੁਹਾਨੂੰ $100 ਬਣੂਗਾ 200 ਬਣੂਗਾ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਤੁਹਾਨੂੰ ਜਾਣਨਗੇ ਹਾਂ ਤੁਹਾਨੂੰ ਤੁਹਾਡਾ ਬਿਜ਼ਨਸ ਆਪਣੇ ਆਪ ਹੀ ਸਿਖਾਉਂਦਾ ਜਾਊਗਾ ਵੀ ਅੱਗੇ ਮੈਂ ਕਿਵੇਂ ਕਰ ਸਕਦਾ ਜਿਹੜੇ ਹੁਣ ਮੰਨ ਲਾ ਮੈਂ ਮੈਟ ਦਾ ਮੈਂ ਕੰਮ ਕਰਦਾ
ਤਾਂ ਸਭ ਤੋਂ ਪਹਿਲਾਂ ਮੈਂ ਆਹ ਕੰਮ ਸ਼ੁਰੂ ਕਰੂੰਗਾ ਕਿਉਂਕਿ ਉਹਦੇ ਨਾਲ ਰਿਲੇਟਡ ਕੰਮ ਹੈ, ਕੰਮ 'ਚ ਇੰਨੇ ਪੈਸੇ ਬਣ ਜਾਂਦੇ ਨੇ, ਸਟicker ਲਾਉਂਦੇ ਨੇ, ਮੈਂ ਬਸ ਰਹਿਣ ਗਿਆ ਬੜਾ ਬਈ। ਹਾਂਜੀ ਹਾਂਜੀ, ਬਿਜ਼ਨਸ ਬਥੇਰੇ ਨੇ, ਕੋਈ ਨਾ ਗੱਲਬਾਤ ਅਗਲੀ ਵੀਡੀਓ 'ਚ ਕਰਾਂਗੇ। ਹਾਂਜੀ ਹਾਂਜੀ, ਬਾਲੀ ਬੇਬੀ ਹੋ ਜੂ। ਠੀਕ ਆ ਜੀ, ਫਿਰ ਮਿਲਦੇ ਹਾਂ ਅਗਲੀ ਵੀਡੀਓ, ਚੰਗਾ ਵੀ। ਓਕੇ ਓਕੇ ਜੀ, ਸਤਿ ਸ਼੍ਰੀ ਅਕਾਲ।